kifaton salu inna lillahi wa inna ilayhi raji'un wa salatu wa salamu ala husaynil garib majruhil shahid Besamil Jafa Allah jane yo tanwa zakma te pathran de zakman pathran te talwaran de zakman talwaran te nehran de zakman 1950 zakman shaheed de jism te lage aayan kai begharat nu sharam ni sahi ਸ਼ਬੀਰ ਦੇ ਮੱਥੇ ਤੇ ਤੀਰ ਮਾਰ ਕੇ ਆ ਜਾਏ ਇਹੋ ਜਾਜ ਤੇ ਰਸੂਲ ਸੋਹਣੇ ਨੇ ਆਏ ਇਹ ਖੂਨ ਨਿਕਲਿਆ ਦਰਵਾਜ਼ੇ ਤੇ ਆ ਕੇ ਆ ਜਾਏ ਮੈਨੂੰ ਮਾਰ ਜ਼ਹਰਾ ਦਾ ਮਾਰ ਕੇ ਆਵਾਜ਼ਾਂ ਦੇ ਵੀਰ ਅੰਦਰ ਤੇ ਲੰਗਾ ਭੈਣ ਤੇਰਾ ਇੰਤਜ਼ਾਰ ਕਰਦੀ ਏ ਭੈਣ ਮੇਰੇ ਜਿਸਮ ਦੀ ਹਾਲਤ ਉਹ ਨਹੀਂ ਕੋਈ ਬਾਲ ਮਰਨਾ ਵਜੇ ਉਹ ਲਬ ਜੁੜੇ ਮੋਮਨੋ ਜਦੋਂ ਸੈਦ ਆ ਕੇ ਜ਼ਹਿਨਾ ਮੈਨੂੰ ਖੌਫ ਹੈ ਕੋਈ ਬਾਲ ਮਰਨਾ ਵਜੇ ਉਸਨੇ ਮੇਰੀ ਪਾਕ ਸੈਨਾ ਦੀ ਹੁਸੈਨ ਉਹ ਤੇਰੀ ਫੌਜ ਆਈ ਇਹ ਮੇਰੀ ਫੌਜ ਹੈ ਸ਼ਬੀਰ ਅੰਦਰ ਲੰਗਾ ਹੁਸੈਨ ਤਰਾ ਮੈਨੂੰ ਸੋਚਣ ਦੇ ਹੁਆ ਜ਼ਹਿਨਾ ਬਾ ਜੈ ਹਸਨ ਦੇ ਜਨਾਜ਼ੇ ਤੁਸੀਂ ਮੇਰਾ ਵੀਰ ਮੇਰੇ ਅੰਦਰ ਆ ਪਾਦਾ ਬੋਸਾ ਖਿਲ ਅੰਦਰ ਆਏ ਹੁਸੈਨ ਭੈਣ ਵੀਰ ਦੇ ਇਰਦ ਗਿਰ ਚੱਕਰ ਲਾਉਣੇ ਸ਼ੁਰੂ ਕੀਤੇ ਸਭ ਚੱਕਰ ਹੁਸੈਨ ਦੇ ਇਰਦ ਗਿਰ ਜ਼ੈਨਬ ਲਾਇਆ ਇਵੇਂ ਜਿਵੇਂ ਕਾਬੇ ਦਾ ਤਵਾਫ ਕਰੀਦਾ ਹੈ ਤੋੜੇ ਸੈਦ ਜ਼ਖਮੀਆ ਹੱਥ ਵਧਾ ਕੇ ਆ ਗਏ ਮੇਰੇ ਇਰਦ ਗਿਰ ਚੱਕਰ ਲਾਉਣ ਦੀ ਵਜ੍ਹਾ ਕਿਆ ਹੈ ਸਾਹਿਬ ਦੀ ਆਵਾਜ਼ ਆਉਂਦੀ ਹੈ ਵੀਰ ਨੂੰ ਵੇ ਪੂਰਾ ਜਿਸਮ ਦਾ ਮੁਤਾਲਾ ਕੀਤਾ ਹੈ ਮੈਨੂੰ ਕੋਈ ਇਹ ਦੀ ਜਾਨ ਨਜ਼ਰ ਨਹੀਂ ਆਉਂਦੀ ਜਿੱਥੇ ਪੈਰ ਪੋਸਾ ਦੇ ਜਿੱਥੇ ਪੈਰ ਵੀ ਉਸਨੇ ਹੁਸੈਨ ਕਲ ਵਿਦਾ ਕਿਆ ਜਨ ਪੈਰ ਮੈਨੂੰ ਪੋਸਾ ਦੇ ਨਹੀਂ ਤਾਂ ਮੇਰੇ ਗਲ ਤੇ ਪੋਸਾ ਦੇ ਅਸਤ ਅਜਰਕੁਮ ਅੱਲਾ ਪੈਰ ਗਲ ਤੇ ਪੋਸੇ ਜਾਂਦੀ ਰਹੀ ਹੈ ਉਸਨੇ ਸ਼ਬੀਰ ਆਉਂਦੇ ਤੋਏ ਆਪਣਾ ਕੰਮ ਕੀਤਾ ਜ਼ੈਨਬ ਹੁਣ ਇੱਕ ਮੇਰਾ ਵੀ ਫਰਜ਼ ਬਣਦਾ ਹੈ ਕਿਹੜਾ ਆਵਾਜ਼ ਨਾ ਹੋ ਸਕਦਾ ਹੀ ਤਾਂ ਤਾਂ ਤੂੰ ਚਾਦਰੇ ਤੇ ਆਇਆ ਆਵਾਜ਼ ਨਾ ਕੋ ਮਾਦਲ ਮਾਦਲ ਕੀਤਾ ਆਖਰੀ ਵੇਲੇ ਭੈਣ ਦੇ ਕੋ ਸਰ ਦਾ ਬੋਲਦਾ ਜਿੱਤਾ ਹੋਰ ਕੁਪਾ ਨੂੰ ਨਾ ਪਾਛਾਈ ਉਹ ਕਾਵੇ ਨਾ ਇਹੋ ਟਾਈਮ ਆ ਅੱਲਾ ਜਾਣੇ ਮੁਰਤਜੀ ਉਹ ਘੋੜਾ ਅਲੀ ਦੀ ਜ਼ਾਤੀ ਕਸਮ ਹੈ ਅਸਾਂ ਸ਼ੀਆ ਘੋੜਿਆਂ ਦੇ ਪੁਜਾਰੀ ਨਹੀਂ ਅਸਾਂ ਘੋੜਿਆਂ ਨੂੰ ਪੂਜਾ ਨਹੀਂ ਕਰਦੇ ਸਿਰਫ ਉਸ ਘੋੜੇ ਦੀ ਇੱਜ਼ਤ ਕਰਨੇ ਆ ਜਿਸ ਨਬੀ ਦੇ ਨਵਾਜ਼ੇ ਦੀ ਇੱਜ਼ਤ ਕੀਤੀ ਤੇ ਇੱਜ਼ਤ ਕੀਤੀ ਜਿਵੇਂ ਕਿਸੇ ਸਹਾਬੀ ਵੀ ਨਹੀਂ ਕੀਤੀ ਇੱਜ਼ਤ ਦੀ ਇੱਜ਼ਤ ਕੀਤੀ ਇਹ ਕੋਈ ਆਮ ਘੋੜਾ ਨਹੀਂ ਇਹ ਪਾਕ ਨਬੀ ਦਾ ਘੋੜਾ ਖੁਦ ਮੇਰੇ ਪਾਕ ਰਸੂਲ ਫਰੇਂਦੇ ਰਹੇ ਇੱਕ ਦਿਨ ਇਹ ਘੋੜਾ ਹੁਸੈਨ ਦੀ ਉਮਰ 5 ਜਾਂ 7 ਸਾਲ ਆਈ ਦਰਵਾਜ਼ੇ ਦੇ ਅੰਦਰ ਆਇਆ ਨਬੀ ਦੀ ਆਵਾਜ਼ ਨੇ ਜਹਰਾ ਮੈਂ ਚਾਹਨਾ ਹੁਸੈਨ ਘੋੜੇ ਤੇ ਸਵਾਰ ਹੋਵੇ ਤੇ ਮੈਂ ਆਪਣੀ ਅੱਖਾਂ ਨਾਲ ਵੇਖਾਂ ਹੁਸੈਨ ਘੋੜੇ ਤੇ ਸਵਾਰ ਆਏ ਬਾਹਰ ਤੇ ਸਾਰੇ ਮਿਲੇ ਸਹਾਬੀਆ ਵੀ ਦਿੱਤਾ ਅੰਦਰੂ ਆਵਾਜ਼ ਆਈ ਬਾਬਾ ਪੜ ਸਕਦਾ ਹੈ ਤਾਂ ਹੁਸੈਨ ਦਾ ਘੋੜਾ ਧਰ ਵਿੱਚ ਜਿੰਦਾ ਮੈਂ ਜ਼ਾਰਾ ਵੇਖਾਂ ਤੇ ਸਹੀ ਮੇਰਾ ਪੁੱਤਰ ਸਵਾਰ ਕਿਤਨਾ ਸੋਹਣਾ ਲੱਗਦਾ ਹੈ ਉਹ ਸ਼ੀਰਾ ਜ਼ਹਰਾ ਨੇ ਦਾਮਨ ਵਧਾ ਕੇ ਆਪਣੀ ਝੋਲੀ ਵਿੱਚ ਘੋੜੇ ਨੂੰ ਦਾਣਾ ਵੀ ਦਿੱਤਾ ਤੇ ਕੰਨ ਚੱਲਾ ਜਾਣੇ ਕਿਹੜੀ ਗੱਲ ਕੀਤੀ ਇੱਕ ਤਾਂ ਹੁਣ ਗੱਲ ਕੀਤੀ ਤੇ ਇੱਕ ਜਿਹੜੀ ਪਿਛਲੀ ਰਾਤ ਗੁਜ਼ਰੀ ਹੈ ਮੇਰੀ ਸੈਨ ਉਸੇ ਘੋੜੇ ਨੂੰ ਨਾਲ ਖਿੰਨ ਕੇ ਉਸ ਜਾਤ ਤੇ ਆਈਏ ਰਾਤ ਨੂੰ ਜਿਸ ਜਾਤ ਹੁਸੈਨ ਦੀ ਮਕਤਲ ਦਾ ਮੇਰੀ ਸਹਿਨ ਘੋੜਾ ਗਿਰ ਕੇ ਜਾਤ ਆਈਏ ਜ਼ਹਰਾ ਨੇ ਆਪਣੇ ਵਾਲਾ ਨਾਲ ਪੁੱਤਰ ਦੀ ਮਕਤਲ ਦਾ ਸਾਥ ਦਿੱਤੀ ਪਰ ਮੈਂ ਇਹ ਘੋੜਾ